ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਲੈ ਕੇ ਆਏ ਹਾਂ ਅਰਦਾਸ 2 ਫਿਲਮ ਦੀ ਅਪਡੇਟ, ਜਿਸਦਾ ਪੋਸਟਰ ਸ਼ੇਅਰ ਕਰ ਦਿੱਤਾ ਗਿਆ ਹੈ ਵਿਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੁਆਰਾ, ਜੋ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਕਾਫ਼ੀ ਪ੍ਰਸਿੱਧ ਸਿੰਗਰ, ਐਕਟਰ ਅਤੇ ਡਾਇਰੈਕਟਰ ਵੀ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ ਨਿਊ ਫਿਲਮ ਅਰਦਾਸ 2 ਦੀ। ਇਸ ਤੋਂ ਪਹਿਲਾਂ ਆਈ ਅਰਦਾਸ ਫਿਲਮ ਦੀ ਗੱਲ ਕਰ ਲਈਏ, ਜੋ 11 ਮਾਰਚ 2016 ਨੂੰ ਰਿਲੀਜ਼ ਹੋਈ ਸੀ, ਜਿਸ ਵਿੱਚ ਐਮੀ ਵਿਰਕ ਨਜ਼ਰ ਆਏ ਸੀ ਤੇ ਇਸ ਫਿਲਮ ਨੇ ਲੋਕਾਂ ਦਾ ਕਾਫ਼ੀ ਦਿਲ ਜਿੱਤਿਆ ਸੀ। ਇਸ ਅਰਦਾਸ ਫਿਲਮ ਦੀ ਸਟੋਰੀ ਲੋਕਾਂ ਨੂੰ ਬੇਹੱਦ ਤੱਕ ਪਸੰਦ ਆਈ ਸੀ ਤੇ ਹੁਣ ਅਸੀਂ ਤੁਹਾਨੂੰ ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਰਦਾਸ 2 ਫਿਲਮ ਦਾ ਪੋਸਟਰ ਅਪਲੋਡ ਕਰਦੇ ਹੋਏ ਦੱਸਿਆ ਹੈ ਕਿ ਉਹ ਅਰਦਾਸ 2 ਫਿਲਮ ਲੈ ਕੇ ਆ ਰਹੇ ਹਨ। ਅਰਦਾਸ 2 ਫਿਲਮ ਦੇ ਪੋਸਟਰ ਉੱਤੇ ਮੈਂਸ਼ਨ ਕੀਤਾ ਹੋਇਆ ਹੈ ਡਾਇਰੈਕਟ ਐਂਡ ਰਿਟਨ ਬਾਏ ਗਿੱਪੀ ਗਰੇਵਾਲ। ਇਹ ਫਿਲਮ 2019 ਵਿੱਚ ਰਿਲੀਜ਼ ਕੀਤੀ ਜਾਏਗੀ, ਪਰ ਇਸ ਦੀ ਰਿਲੀਜ਼ਿੰਗ ਡੇਟ ਬਾਰੇ ਕੁਝ ਨਹੀਂ ਦੱਸਿਆ ਗਿਆ ਤੇ ਇਸ ਫਿਲਮ ਦੀ ਸ਼ੂਟਿੰਗ ਲਗਭਗ ਸਟਾਰਟ ਹੋ ਚੁੱਕੀ ਹੈ। ਫਿਲਹਾਲ ਇਸ ਫਿਲਮ ਦੇ ਸਟਾਰ ਕਾਸਟ ਬਾਰੇ ਕੁਝ ਵੀ ਅਨਾਉਂਸ ਨਹੀਂ ਕੀਤਾ ਗਿਆ, ਬਾਕੀ ਇਸ ਫਿਲਮ ਦੀ ਸਟੋਰੀ ਸਾਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ। ਇਸ ਫਿਲਮ ਵਿੱਚ ਜੈਨੂਨ ਐਕਟਰਸ ਦੀ ਲੋੜ ਹੈ, ਜਿਸ ਦੀ ਅਨਾਉਂਸਮੈਂਟ ਗਿੱਪੀ ਗਰੇਵਾਲ ਦੁਆਰਾ ਕੀਤੀ ਗਈ ਹੈ ਤੇ ਜੋ ਜੈਨੂਨ ਐਕਟਰ ਹਨ ਉਹ ਹੰਬਲ ਮੋਸ਼ਨ ਪਿਕਚਰ ਕਾਸਟਿੰਗ @gmail.com ਤੇ ਆਪਣੀ ਵੀਡੀਓ ਬਣਾ ਕੇ ਭੇਜ ਸਕਦੇ ਹਨ। ਜਿਸ ਤਰ੍ਹਾਂ ਗਿੱਪੀ ਗਰੇਵਾਲ ਇਸ ਫਿਲਮ ਲਈ ਮਿਹਨਤ ਕਰ ਰਹੇ ਹਨ ਤਾਂ ਉਸ ਹਿਸਾਬ ਨਾਲ ਇਹ ਫਿਲਮ ਸੁਪਰ ਹਿੱਟ ਜਾਏਗੀ। ਹਾਂਜੀ, ਇਸ ਫਿਲਮ ਦੀ ਕੌਣ ਕੌਣ ਵੇਟ ਕਰ ਰਿਹਾ ਸਾਨੂੰ ਕਮੈਂਟ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਣਾ ਕਿ ਇਹ ਫਿਲਮ ਦਾ ਕੌਣ ਕੌਣ ਵੇਟ ਕਰ ਰਿਹਾ। ਬਾਕੀ ਨਿਊ ਫਿਲਮ ਦੀਆਂ ਅਪਡੇਟ ਅਸੀਂ ਤੁਹਾਡੇ ਤੱਕ ਲਿਆਉਂਦੇ ਰਹਾਂਗੇ, ਪਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਨੋਟੀਫਿਕੇਸ਼ਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨਿਊ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।